ਬਹੁਤ ਵਧੀਆ ਰਿਹਾ, ਮੁੰਡਿਆਂ ਦਾ ਬ੍ਰੋਂਜ਼ ਮੈਡਲ ਸੀ, ਕੁੜੀਆਂ ਫੋਰਥ ਫਿਨਿਸ਼ ਕੀਤੀਆਂ ਸੀ, ਐਤਕੀ ਕੁੜੀਆਂ ਨੇ ਕੁਆਲੀਫਾਈ ਨਹੀਂ ਕੀਤਾ। ਇਹਦੀ ਸਮੀਖਿਆ ਕਰਨੀ ਬੜੀ ਜ਼ਰੂਰੀ ਆ, ਪਰ ਇਹ ਸੋਚਣਾ ਚਾਹੀਦਾ ਫੈਡਰੇਸ਼ਨ ਨੂੰ ਕਿ ਕਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ। ਮੈਨੂੰ ਲੱਗਦਾ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਵਾਸਤੇ ਇਹ ਬੜਾ ਵੱਡਾ ਕੁਐਸਚਨ ਮਾਰਕ ਆ। ਸਾਡੇ ਪੀਟੀ ਊਸ਼ਾ ਜੀ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬਾਕੀ 16 ਡਿਸਿਪਲਿਨ ਨੇ ਉਹ ਕੀ ਨੇ, ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਊਗਾ। ਮੈਨੂੰ ਲੱਗਦਾ ਕਿ ਕੁੜੀਆਂ ਜਿਹੜੀਆਂ ਨੇ ਐਤਕੀ ਇੰਡੀਆ ਦੀ ਸ਼ਾਨ ਵਧਾਉਣਗੀਆਂ ਅਤੇ ਮਾਣ ਰੱਖਣਗੀਆਂ। ਹਾਕੀ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਗੱਲ ਕਰਾਂਗੇ ਅਸੀਂ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਦੇ ਰਾਜਪਾਲ ਸਿੰਘ ਹੋਣਾ ਨਾਲ। ਰਾਜਪਾਲ ਭਾਅ ਜੀ ਸਵਾਗਤ ਹੈ, ਬਹੁਤ ਬਹੁਤ ਥੈਂਕ ਯੂ ਭਾਅ ਜੀ। ਫਿਟਨੈਸ ਤੁਹਾਨੂੰ ਲੱਗ ਰਿਹਾ ਕਿ ਦੇਖ ਕੇ ਪਲੇਅਰਾਂ ਦੀ ਫਿਟਨੈਸ ਇਹੀ ਹੁੰਦੀ ਹੈ ਵੀ ਹਮੇਸ਼ਾ ਉੱਦਾਂ ਹੀ ਰਹੋ ਜਿਹਨਾਂ 10 ਸਾਲ ਪਹਿਲਾਂ ਸੀਗੇ। ਫਿਟਨੈਸ ਚਾਹੀਦੀ ਆਮ ਬੰਦੇ ਨੂੰ, ਫਿਟਨੈਸ ਜਿਹੜੀ ਜ਼ਰੂਰੀ ਹੈ ਪਲੇਅਰ ਨੂੰ ਤਾਂ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ, ਚਲੋ ਵਧੀਆ ਗੱਲ ਹੈ ਭਾਅ ਜੀ। ਅਸੀਂ ਪਹਿਲਾਂ ਵੀ ਜਦੋਂ ਯਾਦ ਹੈ ਓਲੰਪਿਕ ਦੀ ਗੱਲ ਕਰਦੇ ਸੀ, ਹੁਣ 2024 ਦਾ ਓਲੰਪਿਕ ਹੈ ਪੈਰਿਸ ਵਿੱਚ, 117 ਪਿਛਲੀ ਵਾਰ ਸ਼ਾਇਦ 126 ਸੀਗੇ। ਲੇਕਿਨ ਜੇ ਹਾਕੀ ਦੀ ਮੈਂ ਸਟਾਰਟ ਪਹਿਲਾ ਸਵਾਲ ਹਾਕੀ ਤੋਂ ਕਰਾਂ ਕਿਉਂਕਿ ਤੁਸੀਂ ਹਾਕੀ ਦੇ ਖਿਡਾਰੀ ਹੋ, ਕਪਤਾਨ ਰਹੇ ਹੋ, ਕਿਆ ਤੁਹਾਨੂੰ ਉਮੀਦਾਂ ਨੇ ਭਾਰਤੀ ਹੈ ਮੈਨਸ ਹਾਕੀ ਟੀਮ ਤੋਂ, ਕਿਉਂਕਿ ਕੁੜੀਆਂ ਤਾਂ ਕੁਆਲੀਫਾਈ ਨਹੀਂ ਕਰ ਪਾਈ? ਆ ਪਿਛਲੀ ਵਾਰੀ ਜਿਹੜੀ ਸਾਡੀ ਪਰਫਾਰਮੈਂਸ ਰਹੀ ਸੀ, ਸਪੈਸ਼ਲੀ ਜਿਹੜਾ ਸਾਡਾ ਮੈਡਲ ਆਇਆ ਬ੍ਰੋਂਜ਼ ਮੈਡਲ, ਬਹੁਤ ਵਧੀਆ ਰਿਹਾ। ਮੁੰਡਿਆਂ ਦਾ ਬ੍ਰੋਂਜ਼ ਮੈਡਲ ਸੀ, ਕੁੜੀਆਂ ਫੋਰਥ ਫਿਨਿਸ਼ ਕੀਤੀਆਂ ਸੀ, ਐਤਕੀ ਕੁੜੀਆਂ ਨੇ ਕੁਆਲੀਫਾਈ ਨਹੀਂ ਕੀਤਾ। ਇਹਦੀ ਸਮੀਖਿਆ ਕਰਨੀ ਬੜੀ ਜ਼ਰੂਰੀ ਆ ਕਿ ਕੁੜੀਆਂ ਨੇ ਕੁਆਲੀਫਾਈ ਨਹੀਂ ਕੀਤਾ, ਔਰ ਇਹਦਾ ਮਤਲਬ ਕਿ ਜਿਹੜੀ ਉਹਨਾਂ ਦੀ ਪਰਫਾਰਮੈਂਸ ਆ ਥਰੂ ਆਊਟ ਜਿਹੜਾ 3-4 ਸਾਲ ਇੰਨੀ ਵਧੀਆ ਨਹੀਂ ਰਹੀ ਹੈ, ਔਰ ਇਹ ਸੋਚਣਾ ਚਾਹੀਦਾ ਫੈਡਰੇਸ਼ਨ ਨੂੰ ਕਿ ਕਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ। ਔਰ ਇਹ 'ਤੇ ਸਭ ਤੋਂ ਵਧੀਆ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਪਿਛਲੀ ਵਾਰੀ ਫੋਰਥ ਅਤੇ ਫੋਰਥ ਕਿਉਂ ਆਏ ਨੇ ਅਤੇ ਐਤਕੀ ਕੁਆਲੀਫਾਈ ਨਹੀਂ ਹੋਏ ਆ, ਇਹ ਬੜੀ ਵੱਡਾ ਕੁਐਸਚਨ ਆ ਇੰਡੀਅਨ ਹਾਕੀ ਦੇ ਉੱਤੇ। ਤੁਹਾਡੇ ਮੁਤਾਬਿਕ ਕੀ ਰੀਜ਼ਨ ਰਹੇ ਨੇ? ਦੇਖੋ ਰੀਜ਼ਨ ਜੇ ਆਪਾਂ ਪਹਿਲੀ ਗੱਲ ਕਰੀਏ, ਜੇ ਫੋਰਥ ਆਉਣ ਦੀ, ਫੋਰਥ ਦੇ ਵਿੱਚ ਜਿਹੜਾ ਫਾਰਮੈਟ ਆ ਉਹ ਕੁਆਟਰ ਫਾਈਨਲ ਦਾ, ਕੁਆਟਰ ਫਾਈਨਲ ਮੈਚ ਜਿਹੜਾ ਲਾਸਟ ਬੋਟਮ 'ਤੇ ਇੰਡੀਅਨ ਟੀਮ ਕੁਆਲੀਫਾਈ ਕੀਤੀ ਸੀ, ਪੂਲ ਦੇ ਵਿੱਚ ਕੁੜੀਆਂ ਫੋਰਥ 'ਤੇ ਫਿਨਿਸ਼ ਕੀਤੀਆਂ ਅਤੇ ਲਾਸਟ ਜਦੋਂ ਕੁਆਲੀਫਾਈ ਹੋਏ ਅਤੇ ਕੁਆਟਰ ਫਾਈਨਲ ਸ਼ਾਇਦ ਇਹਨਾਂ ਦਾ ਆਸਟ੍ਰੇਲੀਆ ਨਾਲ ਸੀ, ਉਹਨਾਂ ਨੂੰ ਇਹਨਾਂ ਨੇ ਬੀਟ ਕੀਤਾ ਜੀ, ਇੱਕ ਮੈਚ ਹੀ ਚੰਗਾ ਖੇਡੀਆਂ ਉਹ 'ਚ, ਉਹਨੂੰ ਹੀ ਫੋਰਥ ਨੂੰ ਆਪਾਂ ਕੰਸੀਡਰ ਕਰਕੇ 3 ਸਾਲ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਚੀਜ਼ ਆ ਇਹ ਹੈਵੀ ਹੋ ਗਈ, ਉਹ ਕਿਤੇ ਨਾ ਕਿਤੇ ਪਰਫਾਰਮੈਂਸ 'ਤੇ ਫਰਕ ਪੈ ਗਿਆ, ਐਤਕੀ ਕੁਆਲੀਫਾਈ ਨਹੀਂ ਹੋਏ। ਜਿਹੜੀ ਮੁੰਡਿਆਂ ਦੀ ਗੱਲ ਕੀ, ਮੁੰਡਿਆਂ ਦੀ ਪਰਫਾਰਮੈਂਸ ਪਿਛਲੀ ਵਾਰੀ ਬਹੁਤ ਵਧੀਆ ਸੀ, ਸਭ ਤੋਂ ਵਧੀਆ ਜੇ ਆਪਾਂ ਬੈਸਟ ਮੈਚ ਕਹੀਏ ਤਾਂ ਬ੍ਰੋਂਜ਼ ਮੈਡਲ ਮੈਚ ਹੀ ਰਿਹਾ ਕਿ ਜਰਮਨੀ ਵਰਗੀ ਟੀਮ ਤੋਂ 2-0 ਡਾਊਨ ਚੱਲਦੇ ਹੋਏ ਉਹਨਾਂ ਦੇ ਮੈਚ ਜਿੱਤਣਾ, ਮੈਨੂੰ ਲੱਗਦਾ ਕਿ ਸ਼ੇਰ ਦੇ ਜਵਾੜੇ ਚੋਂ ਜਿਹੜਾ ਸ਼ਿਕਾਰ ਖੋਣ ਵਾਲੀ ਗੱਲ ਆ, ਤੇ ਇਹ ਬੜੀ ਵੱਡੀ ਕੌਨਫੀਡੈਂਸ ਜਿਹੜੀ ਵਾਲੀ ਗੱਲ ਸੀ ਇੰਡੀਅਨ ਟੀਮ ਵਾਸਤੇ, ਇੰਡੀਅਨ ਪਲੇਅਰਾਂ ਵਾਸਤੇ, ਮੈਨੂੰ ਲੱਗਦਾ ਪੂਰੇ ਆਵਾਮ ਵਾਸਤੇ ਬੜੀ ਵੱਡੀ ਗੱਲ ਸੀ ਕਿ ਅਸੀਂ ਜਰਮਨ ਤੋਂ ਜਿੱਤੇ। ਪਰ ਸੇਮ ਟੀਮ ਜਦੋਂ ਜਰਮਨ ਦੀ ਇੰਡੀਆ 'ਚ ਵਰਲਡ ਕੱਪ ਖੇਡਣ ਆਉਂਦੀ ਹੈ ਫਿਰ ਵਰਲਡ ਕੱਪ ਜਿੱਤ ਜਾਂਦੀ, ਅਸੀਂ 8th ਫਿਨਿਸ਼ ਕਰਦੇ, ਇਹ ਵੀ ਬਹੁਤ ਵੱਡਾ ਕੁਐਸਚਨ, ਇਹ ਵੀ ਵੱਡਾ ਸਵਾਲ ਹੈ। ਆਖਿਰ ਕਿਉਂ ਹੋ ਜਾਂਦਾ ਕਿ 1-2 ਸਾਲ ਦੇ ਅੰਦਰ ਹੀ ਪਰਫਾਰਮੈਂਸ, ਚਲੋ ਇਹ ਤਾਂ ਮੈਚ ਟੂ ਮੈਚ ਹੈ, ਪਲੇਅਰ ਟੂ ਪਲੇਅਰ ਡਿਪੈਂਡ ਕਰਦਾ ਹੈ ਸਰਕਮਸਟਾਂਸਿਸ, ਪਰ ਕਿਤੇ ਨਾ ਕਿਤੇ ਉਹ ਜਿਹੜੀ ਪਰਫਾਰਮੈਂਸ, ਪੀਕ ਪਰਫਾਰਮੈਂਸ ਹੈ ਇੱਕ ਟੀਮ ਨੂੰ ਜਿਹੜੀ ਬ੍ਰੋਂਜ਼ ਮੈਡਲ ਜਿੱਤੀ ਹੋਏ, ਰੱਖਣੀ ਚਾਹੀਦੀ ਹੈ? ਨਹੀਂ, ਰੱਖਣੀ ਚਾਹੀਦੀ ਹੈ ਕਿਉਂਕਿ ਓਲੰਪਿਕ ਦਾ ਮੈਡਲ ਬਹੁਤ ਵੱਡਾ ਮੈਡਲ ਆ। ਉਸ ਤੋਂ ਬਾਅਦ ਜਿਹੜੀ ਪਰਫਾਰਮੈਂਸ ਵੇਖੀ ਏਸ਼ੀਅਨ ਗੇਮ 'ਚ ਬਹੁਤ ਵਧੀਆ ਰਹੀ, ਪਰ ਏਸ਼ੀਆ ਦੇ ਵਿੱਚ ਬਾਕੀ ਜਿਹੜੀ ਟੀਮਾਂ ਨੇ ਵੈਸੇ ਹੀ ਕਿਤੇ ਹੁਣ ਸਟੈਂਡ ਨਹੀਂ ਕਰਦੀਆਂ, ਕੋਈ ਡੋਮੀਨੇਟ ਨਹੀਂ ਕਰਦੀਆਂ, ਕੋਈ ਵੀ ਟੂਰਨਾਮੈਂਟ ਕੁਆਲੀਫਾਈ ਨਹੀਂ ਹੁੰਦੀਆਂ। ਈਵਨ ਜੇ ਪਾਕਿਸਤਾਨ ਦੀ ਗੱਲ ਕੀਤੀ ਜਾਵੇ, ਜਿਹਨੇ 2000 ਓਲੰਪਿਕ ਦੇ ਵਿੱਚ ਸਿਡਨੀ ਓਲੰਪਿਕ ਸਿਲਵਰ ਮੈਡਲ ਸੀ, ਸੋਰੀ ਕੋਰੀਆ ਦਾ ਸਿਲਵਰ ਮੈਡਲ ਸੀ, ਫੋਰਥ ਪਾਕਿਸਤਾਨ ਸੀ, ਤੇ ਬਹੁਤ ਵੱਡੀ ਗੱਲ ਸੀ ਕਿ 2 ਟੀਮਾਂ ਏਸ਼ੀਆ ਦੀਆਂ ਜਿਹੜੀਆਂ ਟੌਪ 4 ਦੇ ਵਿੱਚ ਫਿਨਿਸ਼ ਕੀਤੀਆਂ ਸੀ, ਔਰ ਬੜੀ ਇੰਡੀਅਨ ਟੀਮ ਵੀ ਉਦੋਂ ਫੇਵਰੇਟ ਸੀ। ਇੰਡੀਅਨ ਟੀਮ ਦਾ ਕਿਤੇ ਨਾ ਕਿਤੇ ਪੋਲੈਂਡ ਨਾਲ ਚੂਕ ਹੋਣ ਕਰਕੇ ਅਸੀਂ ਕੁਆਲੀਫਾਈ ਨਹੀਂ ਕਰ ਸਕੇ। ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਬੈਕ ਟੂ ਬੈਕ ਇੱਦਾਂ ਦੀ ਕਿਹੜੀ ਗਲਤੀ ਕਰ ਜਾਂਦੇ ਹਾਂ
ਜਿਹਦੇ ਸਾਡੀ ਵੱਡੇ ਟੂਰਨਾਮੈਂਟ ਦੇ ਪਰਫਾਰਮੈਂਸ ਬੈਕ ਟੂ ਬੈਕ ਠੀਕ ਨਹੀਂ ਰਹਿੰਦੀ। ਭਾਜੀ ਜੇ ਹੁਣ ਆਪਾਂ ਹਾਲਾਤ ਦੀ ਹੁਣ ਗੱਲ ਕਰੀਏ ਕਿ ਪਿਛਲੀ ਵਾਰ ਬ੍ਰੋਂਜ਼ ਮੈਡਲ ਦਾ ਇੱਕ ਲੈ ਕੇ ਤਮਗਾ ਸੀ ਜਾ ਰਹੇ ਹਾਂ, ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਉਸ ਮੈਡਲ ਨੂੰ ਗੋਲਡ ਜਾਂ ਸਿਲਵਰ ਚ ਬਦਲ ਸਕਦੇ ਨੇ? ਕਿਉਂਕਿ ਗੋਲਡ ਦਾ ਇਹਦਾ ਆਪਾਂ ਕਹਾਣੀਆਂ ਸਟੋਰੀਆਂ ਬਹੁਤ ਪੜ੍ਹ ਲਈਆਂ ਹੈ ਨਾ, ਕਿ ਲਾਸਟ ਗੋਲਡ ਜਦੋਂ ਆਇਆ ਸੀ ਉਸ ਤੋਂ ਬਾਅਦ 28-30 ਇਹੀ ਚੱਲਦਾ ਰਹਿੰਦਾ ਨਾ, ਡਾਟਾ ਸਟੈਟ ਚੱਲਦੇ ਨੇ। ਹਾਕੀ ਟੀਮ ਤੋਂ ਔਰ ਜੇ ਮੈਂ ਗੱਲ ਕਰਾਂ ਹਾਕੀ ਟੀਮ ਪੰਜਾਬ ਦੇ ਜਿੱਦਾਂ ਮੈਂ ਜ਼ਿਕਰ ਕੀਤਾ ਡਿਪੈਂਡ ਰਹਿੰਦੀ ਹੈ ਪਿਛਲੇ ਜੇ ਦੋਨੋਂ ਓਲੰਪਿਕ ਦੀ ਗੱਲ ਕਰੀਏ ਪਹਿਲਾਂ ਵੀ 10 ਖਿਡਾਰੀ ਐਤਕੀ ਫਿਰ ਹਾਕੀ ਟੀਮ 'ਚ ਨੇ, ਮੈਨਸ ਹਾਕੀ ਟੀਮ 'ਚ ਨੇ 10 ਖਿਡਾਰੀ ਨੇ। ਬੜੀ ਖੁਸ਼ੀ ਦੀ ਗੱਲ ਆ ਔਰ ਬੜੀ ਮਾਣ ਦੀ ਗੱਲ ਆ ਪੰਜਾਬੀ ਸੂਬੇ ਦੇ ਵਾਸਤੇ ਕਿ 10 ਖਿਡਾਰੀ ਜਿਹੜੇ ਨੇ ਉਹ ਪੰਜਾਬ ਦੇ ਨੇ, ਕਪਤਾਨ ਵੀ ਪੰਜਾਬੀ ਆ। ਔਰ ਹਰਮਨ ਦਾ ਇੱਕ ਸਟੇਟਮੈਂਟ ਸੀ ਕਿ ਇਹਦੀ ਐਤਕੀ ਗੋਲਡ ਲੈ ਕੇ ਆਵਾਂਗੇ। ਮੈਨੂੰ ਲੱਗਦਾ ਕਿ ਗੋਲਡ ਜਿੱਦਾਂ ਤੁਸੀਂ ਵੀ ਆਖਿਆ ਕਿ ਗੋਲਡ ਲੈ ਕੇ ਆਉਣਗੇ, ਗੋਲਡ ਮੈਡਲ ਮੈਚ ਜਿਹੜਾ ਉਹ ਲਾਸਟ ਮੈਚ ਹੁੰਦਾ, ਉਹ ਸਿਲਵਰ ਮੈਡਲ ਮੈਚ ਨਹੀਂ ਹੁੰਦਾ, ਗੋਲਡ ਮੈਡਲ ਮੈਚ ਆ ਔਰ ਬ੍ਰੋਂਜ਼ ਮੈਡਲ ਮੈਚ ਹੁੰਦਾ। ਸਿਲਵਰ ਮੈਡਲ ਤਾਂ ਬਾਏ ਡਿਫਾਲਟ ਆਉਂਦਾ ਜਿਹੜਾ ਹਾਰ ਜਾਂਦਾ, ਗੋਲਡ ਦੀ ਗੱਲ ਉਦਣ ਕਰਨੀ ਚਾਹੀਦੀ ਜਿੱਦਣ ਅਸੀਂ ਫਾਈਨਲ ਕੁਆਲੀਫਾਈ ਕਰਾਂਗੇ। ਉਸ ਤੋਂ ਪਹਿਲਾਂ ਜਿਹੜੀ ਮੈਚ ਟੂ ਮੈਚ ਹੋਣਾ ਚਾਹੀਦਾ, ਸਾਡੇ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਆ, ਸਾਡੇ ਪੂਲ ਦੇ ਵਿੱਚ ਆਇਰਲੈਂਡ ਵੀ ਆ, ਆਸਟ੍ਰੇਲੀਆ ਵੀ ਆ, ਬੈਲਜੀਅਮ ਵੀ ਆ, ਅਰਜਨਟਾਈਨਾ ਵੀ ਆ। ਹੁਣ ਇਹਨਾਂ 'ਚ ਸਟ੍ਰੈਟਜੀ ਕੀ ਰਹੂਗੀ? ਹੁਣ ਦੋ ਟੀਮਾਂ ਇੱਦਾਂ ਦੀਆਂ ਜਿਹੜੀਆਂ ਸਾਡੇ ਰੈਂਕ ਤੋਂ ਅਤੇ ਸਾਡੀ ਪਰਫਾਰਮੈਂਸ ਦੇ ਨਾਲ ਮੈਚ ਨਹੀਂ ਕਰਦੀਆਂ, ਜਿਸ 'ਚ ਨਿਊਜ਼ੀਲੈਂਡ ਅਤੇ ਆਇਰਲੈਂਡ ਨੂੰ ਮੈਂ ਲਊਂਗਾ। ਜੇ ਦੋਵੇਂ ਮੈਚ ਜਿੱਤਦੇ ਤਾਂ ਕੁਆਟਰ ਫਾਈਨਲ ਵੈਸੇ ਹੀ ਕੁਆਲੀਫਾਈ ਕਰ ਦਿੰਦੇ। ਕੁਆਟਰ ਫਾਈਨਲ ਕਿਹਦੇ ਨਾਲ ਪੈਂਦਾ? ਅਤੇ ਕੋਸ਼ਿਸ਼ ਇਹਨਾਂ ਦੀ ਇਹ ਰਹਿਣੀ ਚਾਹੀਦੀ ਹੈ ਕਿ ਟੌਪ ਤੇ ਹੀ ਕੁਆਲੀਫਾਈ ਕੀਤਾ ਜਾਵੇ, ਕਿ ਆਪਣੇ ਪੂਲ 'ਚ ਟੌਪ 'ਤੇ ਫਿਨਿਸ਼ ਕਰਨ ਅਤੇ ਕੁਆਟਰ ਫਾਈਨਲ ਜਿਹੜਾ ਕੁਆਲੀਫਾਈ ਕਰਨ, ਕਿ ਉੱਥੋਂ ਜਿਹੜਾ ਬੋਟਮ ਟੀਮ ਹੋਊਗੀ ਚੌਥੇ ਨੰਬਰ ਦੀ ਉਹਦੇ ਨਾਲ ਇਹਨਾਂ ਦਾ ਕੁਆਟਰ ਫਾਈਨਲ ਪੈਣਾ ਚਾਹੀਦਾ। ਫਿਰ ਕੋਸ਼ਿਸ਼ ਹੋਊਗੀ ਕਿ ਗੋਲਡ ਤੱਕ, ਸਿਲਵਰ ਦੀ ਗੱਲ ਅਤੇ ਬ੍ਰੋਂਜ਼ ਦੀ ਗੱਲ ਕਰਾਂਗੇ। 20 ਪਲੇਅਰ ਪੰਜਾਬ ਦੇ ਨੇ ਇਸ ਓਲੰਪਿਕ ਵਿੱਚ, ਜਿਹਦੇ ਵਿੱਚ 10 ਹਾਕੀ ਦੇ ਨੇ, 7 ਸ਼ੂਟਿੰਗ 'ਚ ਨੇ, ਤੁਹਾਡੇ ਵਾਈਫ ਵੀ ਓਲੰਪੀਅਨ ਰਹਿ ਚੁੱਕੇ ਨੇ ਸ਼ੂਟਿੰਗ ਵਿੱਚ, 2 ਐਥਲੈਟਿਕਸ ਨੇ, 1 ਗੋਲਫ। 117 ਵਿੱਚੋਂ 20 ਪਲੇਅਰ ਪੰਜਾਬ ਦੇ, ਤੁਸੀਂ ਸੈਟਿਸਫਾਈ ਹੋ ਇਸ 20 ਪਲੇਅਰਾਂ ਦੀ ਪਾਰਟੀਸਪੇਸ਼ਨ ਨਾਲ ਜਾਂ ਹੋਰ ਵਾਧਾ ਹੋਣਾ ਚਾਹੀਦਾ? ਦੇਖੋ, ਸੋਚਣ ਵਾਲੀ ਇਹ ਗੱਲ ਹੈ ਕਿ ਸਾਡੇ ਜਿਹੜੇ 117 ਪਲੇਅਰ ਜਾ ਰਹੇ ਨੇ ਪੂਰੇ ਇੰਡੀਆ ਦੇ, ਉਹ 16 ਡਿਸਿਪਲਨ 'ਚ ਜਾ ਰਹੇ ਨੇ ਅਤੇ ਓਲੰਪਿਕ 'ਚ 32 ਡਿਸਿਪਲਨ। ਮੈਨੂੰ ਲੱਗਦਾ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਵਾਸਤੇ ਇਹ ਬੜਾ ਵੱਡਾ ਕੁਐਸਚਨ ਮਾਰਕ ਆ। ਸਾਡੇ PT ਊਸ਼ਾ ਜੀ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬਾਕੀ 16 ਡਿਸਿਪਲਨ ਨੇ ਉਹ ਕੀ ਨੇ, ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੋਊਗਾ। ਮੈਨੂੰ ਵੀ ਨਹੀਂ ਪਤਾ ਉਹਨਾਂ ਨੂੰ, ਕਿ ਮੈਨੂੰ ਵੀ ਨਹੀਂ ਪਤਾ ਕਿ ਬਾਕੀ 16 ਡਿਸਿਪਲਨ ਕਿਹੜੇ ਨੇ ਕਿ ਜਿਹਦੇ 'ਚ ਅਸੀਂ ਕੁਆਲੀਫਾਈ ਨਹੀਂ ਕੀਤੇ। ਸਾਨੂੰ ਫੋਕਸ ਕਰਨਾ ਚਾਹੀਦਾ ਇਸ ਚੀਜ਼ 'ਚ ਕਿ ਅਸੀਂ ਹਰ ਡਿਸਿਪਲਨ 'ਚ ਕੁਆਲੀਫਾਈ ਹੋਣਾ ਚਾਹੀਦਾ। ਪਰ ਜਿਹੜੇ 16 ਗਏ ਨੇ, 16 ਡਿਸਿਪਲਨ 'ਚ 117 ਪਲੇਅਰ ਨੇ, ਇਹ ਬਿਲਕੁਲ ਟੌਪ ਦੇ ਪਲੇਅਰ ਗਏ ਨੇ, ਹਰੇਕ ਤੋਂ ਉਮੀਦ ਆ। 19 ਪਲੇਅਰ ਸਾਡੇ ਹਾਕੀ ਦੇ ਗਏ ਨੇ, 29 ਪਲੇਅਰ ਅਥਲੈਟਿਕਸ ਦੇ ਨੇ, 21 ਸ਼ੂਟਿੰਗ ਦੇ ਨੇ। ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਜੱਥਾ ਆਪਾਂ ਕਹਿ ਦਿੰਦੇ ਹਾਂ ਅੱਡ ਅੱਡ ਟੀਮਾਂ ਦਾ, ਉਹ ਇਹਨਾਂ ਦਾ ਅਥਲੈਟਿਕ ਸ਼ੂਟਿੰਗ ਤੇ ਹਾਕੀ। ਹਾਕੀ ਦੇ ਵਿੱਚ ਇੱਕ ਹੀ ਮੈਡਲ ਆਉਣਾ, ਭਾਵੇਂ ਅਸੀਂ 19 ਪਰ ਆਉਣਾ ਇੱਕ ਆ। ਅਥਲੈਟਿਕਸ ਤੋਂ ਬਹੁਤ ਜ਼ਿਆਦਾ ਉਮੀਦ ਆ, ਸ਼ੂਟਿੰਗ ਤੋਂ ਬਹੁਤ ਜ਼ਿਆਦਾ ਉਮੀਦ ਆ, ਬੋਕਸਿੰਗ ਦੇ ਵਿੱਚ ਕੁੜੀਆਂ ਜ਼ਿਆਦਾ, ਮੁੰਡਾ ਇੱਕ ਆ। ਮੈਨੂੰ ਲੱਗਦਾ ਕੁੜੀਆਂ ਦਾ ਮੈਡਲ ਆ ਸਕਦਾ ਸ਼ੂਟਿੰਗ ਬੋਕਸਿੰਗ ਦੇ ਵਿੱਚ, ਇਟ ਮੀਨਸ ਕਿ ਸਾਨੂੰ ਰੈਸਲਿੰਗ 'ਚ ਵੀ ਸੇਮ ਚੀਜ਼ ਆ। ਮੈਨੂੰ ਲੱਗਦਾ ਕਿ ਕੁੜੀਆਂ ਜਿਹੜੀਆਂ ਨੇ ਐਤਕੀ ਇੰਡੀਆ ਦੀ ਸ਼ਾਨ ਵਧਾਉਣਗੀਆਂ ਤੇ ਮਾਣ ਰੱਖਣਗੀਆਂ ਵੀ। ਅੱਛਾ, ਇੱਕ ਲਾਸਟ ਸਵਾਲ ਭਾਜੀ, ਹਮੇਸ਼ਾ ਓਲੰਪਿਕ ਆਉਂਦਾ ਫਿਰ ਅਸੀਂ ਸਮੀਕਸ਼ਾ ਕਰਦੇ ਹਾਂ ਜਦੋਂ ਕੁਛ ਹੈ, ਹਾਕੀ ਦੇ ਮੈਂ ਫੁੜਾ ਫਿਰ ਮੁੜ ਸਵਾਲ ਮੇਰਾ ਹੈ, ਐਜ਼ ਏ ਪਲੇਅਰ ਤੁਸੀਂ ਕਹੋਗੇ ਬਿਲਕੁਲ ਉਮੀਦ ਹੈ ਗੋਲਡ ਦੀ, ਲੇਕਿਨ ਪ੍ਰਿਪਰੇਸ਼ਨ ਤੁਸੀਂ ਦੇਖੀ ਹੈ, ਟੀਮ ਤੁਸੀਂ ਦੇਖੀ ਹੈ, ਪਲੇਅਰ ਤੁਸੀਂ ਦੇਖੇ ਨੇ, ਕਿਆ ਇਸ ਟੀਮ 'ਚ ਮਾਦਾ ਹੈ ਗੋਲਡ ਲੈਣ ਦਾ? ਦੇਖੋ ਭਾਜੀ, ਮੈਂ ਪਹਿਲਾਂ ਵੀ ਆਖਿਆ ਗੋਲਡ ਦੀ ਗੱਲ, ਗੋਲਡ ਵਾਲ ਜਿੱਦਣ ਮੈਚ ਹੋਊਗਾ ਫਾਈਨਲ ਉਦਣ ਕਰਾਂਗੇ ਕਿ ਅੱਜ ਕਿਹੜੀ ਟੀਮ ਜਿੱਤੂਗੀ।
ਫੋਕਸ ਪਹਿਲੇ ਮੈਚ ਤੇ ਹੋਣਾ ਚਾਹੀਦਾ ਨਿਊਜ਼ੀਲੈਂਡ ਦਾ, ਕਿਉਂਕਿ ਅੰਡਰ ਐਸਟੀਮੇਟ ਅਸੀਂ ਕਿਸੇ ਵੀ ਟੀਮ ਨੂੰ ਓਲੰਪਿਕ ਦੇ ਵਿੱਚ ਨਹੀਂ ਕਰ ਸਕਦੇ। ਉਹਦੇ ਚ ਨਿਊਜ਼ੀਲੈਂਡ ਆ, ਆਇਰਲੈਂਡ ਆ, ਇਹ ਕਿਸੇ ਵੀ ਟੀਮ ਨੂੰ ਨਹੀਂ ਕਰਦੇ। ਈਵਨ ਅਰਜਨਟੀਨਾ ਬਹੁਤ ਵਧੀਆ ਖੇਡਦੀ, ਆਸਟ੍ਰੇਲੀਆ ਬੈਸਟ ਟੀਮ ਮੈਂ ਕਹੂੰਗਾ ਸਾਡੇ ਪੂਲ ਦੇ ਵਿੱਚ ਆ, ਔਰ ਬੈਲਜੀਅਮ ਜਿਹੜੀ ਆ ਉਹ ਵੀ ਬੈਸਟ ਟੀਮ ਆ। ਹੁਣ ਇਹਨਾਂ ਨਾਲ ਅਸੀਂ ਕਿਸ ਤਰੀਕੇ ਨਾਲ ਖੇਡਾਂਗੇ, ਕਿਉਂਕਿ ਇੱਦਾਂ ਦੀ ਟੀਮਾਂ ਹੀ ਅੱਗੇ ਆਉਣੀ, ਅੱਗੇ ਜਰਮਨੀ ਵੀ, ਉੱਧਰ ਹਾਲੈਂਡ ਵੀ ਆਉਣੀ ਹੈ, ਸਪੇਨ ਵੀ ਉਸ ਸਾਈਡ 'ਤੇ ਆ। ਅਤੇ ਸਟ੍ਰੈਟਜੀ ਜਿਹੜੀ ਹੈ ਕਿਸ ਤਰੀਕੇ ਨਾਲ ਇਹਨਾਂ ਨੇ ਰੱਖੀ ਹੈ, ਆਪਣੀ ਰਣਨੀਤੀ ਕਿਹੜੀ ਹੈ ਮੈਚ ਟੂ ਮੈਚ, ਜੇ ਪਹਿਲੇ ਮੈਚ 'ਚ ਸਾਰਾ ਕੁਛ ਐਕਸਪੋਜ਼ ਕਰ ਇਹਨਾਂ ਨੂੰ ਕਰਨ ਦੀ ਕੋਸ਼ ਲੋੜ ਪੈ ਗਈ ਕਿ ਸਾਰਾ ਕੁਛ ਹੀ ਆਪਣਾ ਉੱਤੇ ਲਾਤਾ, ਮੈਨੂੰ ਲੱਗਦਾ 50% ਦੇ ਵਿੱਚ ਇਹਨਾਂ ਨੂੰ ਪਹਿਲਾਂ ਮੈਚ ਜਿੱਤਣਾ ਚਾਹੀਦਾ, 50-60% ਸੀ ਆਇਰਲੈਂਡ ਤੋਂ ਜਿੱਤਣਾ ਚਾਹੀਦਾ ਕਿ ਇੰਨੀ ਕੁ ਸਟ੍ਰੈਟਜੀ। ਬਾਕੀ ਜਿਹੜੇ ਆਪਣੇ ਇਹਨਾਂ ਦੀ ਪਲੈਨਿੰਗ ਆ ਉਹ ਤਾਂ ਸੈਮੀਫਾਈਨਲ ਫਾਈਨਲ ਵਾਸਤੇ ਰੱਖਣੀ ਚਾਹੀਦੀ।